ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ, ਜਿਹੜਾ ਕਿ ਸੰਪੂਰਨ ਹੋ ਗਿਆ। ਉਸ ਤੋਂ ਬਾਅਦ ਕਿ ਪੰਜਾਬ ਸਰਕਾਰ ਵੱਲੋਂ ਲੋਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜੋ ਕਿ 31 ਮਾਰਚ ਤੱਕ ਲੋਕਡਾਊਨ ਚੱਲਣਾ, ਜਿਸ ਦਾ ਕਿ ਪੰਜਾਬ ਦੀ ਜਨਤਾ ਨੇ ਬਹੁਤ ਨਜਾਇਜ਼ ਫਾਇਦਾ ਚੁੱਕਿਆ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਪੂਰਨ ਤੌਰ 'ਤੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਹਾਂ, ਜਿੱਥੋਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਕਦਮ ਜਿਹੜਾ ਸੰਨਾਟਾ ਹੈ। ਜਿਹੜੇ ਲੋਕ ਲੋਕਡਾਊਨ ਦੌਰਾਨ ਕੋਈ ਨਿੱਜੀ ਕੰਮਾਂ ਲਈ, ਜ਼ਰੂਰੀ ਕੰਮਾਂ ਲਈ ਗਏ ਸੀ, ਉਹ ਲੋਕ ਹੁਣ ਵਾਪਸੀ ਆਪਣੇ ਘਰਾਂ ਨੂੰ ਜਾ ਰਹੇ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਵਜੇ ਤੱਕ ਜਿਹੜੀ ਹੈ ਕਿ ਲੋਕਾਂ ਨੂੰ ਖੁੱਲ੍ਹ ਦਿੱਤੀ ਗਈ, ਉਸ ਤੋਂ ਬਾਅਦ ਅਗਰ ਕੋਈ ਵੀ ਨਜਾਇਜ਼ ਘੁੰਮਦਾ ਉਹਨਾਂ ਨੂੰ ਪਾਇਆ ਗਿਆ ਤਾਂ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜਾ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਰੋਕਿਆ ਜਾ ਰਿਹਾ ਅਤੇ ਕੋਈ ਵੀ ਆਉਣ ਜਾਣ ਵਾਲੇ ਵਿਅਕਤੀ ਨੂੰ ਚੰਗੀ ਤਰ੍ਹਾਂ ਉਸਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੋਈ ਸ਼ੱਕੀ ਵਿਅਕਤੀ ਪਾਇਆ ਜਾਂਦਾ ਜਾਂ ਘੁੰਮਦਾ ਦੇਖਿਆ ਜਾਂਦਾ ਉਹਦੇ 'ਤੇ ਕਾਰਵਾਈ ਕੀਤੀ ਜਾਂਦੀ ਹੈ। ਹਾਲਾਂਕਿ ਪੁਲਿਸ ਵੱਲੋਂ ਗੱਡੀਆਂ ਦੇ ਵਿੱਚ ਵੀ ਜਿਹੜੀ ਹੈ ਗਸ਼ਤ ਜਿਹੜੀ ਹੈ ਉਹ ਚਾਲੂ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੜਕਾਂ ਜਿਹੜੀਆਂ ਇੱਕਦਮ ਸੁਨਸਾਨ ਹੈ। ਇਸਦਾ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕੋਰੋਨਾ ਵਾਇਰਸ ਕਰਕੇ ਜਿਹੜਾ 22 ਮਾਰਚ ਨੂੰ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲੋਕਡਾਊਨ ਦਾ ਐਲਾਨ ਕੀਤਾ ਗਿਆ ਸੀ, ਲੇਕਿਨ ਹੁਣ ਜਿਹੜਾ ਅੱਜ ਲੇਟੈਸਟ ਅਪਡੇਟ ਆਈ ਹੈ ਜਿਸ ਵਿੱਚ ਕਿ ਪੰਜਾਬ ਸਰਕਾਰ ਦਾ ਇੱਕ ਜਿਹੜਾ ਕਿ ਮੈਸੇਜ ਆਇਆ ਜਿਹਦੇ ਵਿੱਚ ਕਿਹਾ ਗਿਆ ਕਿ ਅਗਲੇ ਹੁਕਮਾਂ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਇਹ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਅੰਮ੍ਰਿਤਸਰ ਦੀਆਂ ਅਤੇ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚੋਂ ਤਸਵੀਰਾਂ ਆਈਆਂ ਜਿਹੜੀਆਂ ਕਿ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਜੇ ਗੱਲ ਕਰੀਏ ਤਰਨ ਤਾਰਨ ਦੀ ਤਾਂ ਤਰਨ ਤਾਰਨ ਨੂੰ ਵੀ ਪੰਜਾਬ ਪੁਲਿਸ ਦੇ ਜਿਹੜਾ ਮੁਲਾਜ਼ਮਾਂ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਜੇ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਵਿੱਚ ਵੀ ਕਰਫਿਊ ਹੈ, ਉੱਧਰ ਜੰਡਿਆਲਾ, ਗੁਰੂ, ਖੜਰ, ਨਾਭਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਜਿਹੜਾ ਕਿ ਕਰਫਿਊ ਕਰ ਦਿੱਤਾ ਗਿਆ, ਜਿੱਥੋਂ ਦੇ ਪੱਤਰਕਾਰ ਵੀ ਉੱਥੋਂ ਦੀ ਜਿਹੜੀ ਪਲ ਪਲ ਦੀ ਅਪਡੇਟ ਸਾਡੇ ਤੱਕ ਭੇਜ ਰਹੇ ਆ ਅਤੇ ਅਸੀਂ ਉਹਨੂੰ ਤੁਹਾਡੇ ਤੱਕ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾ ਰਹੇ ਹਾਂ। ਤੁਹਾਨੂੰ ਇੱਕ ਵਾਰੀ ਫਿਰ ਤਸਵੀਰਾਂ ਦਿਖਾਉਂਦੇ ਹਾਂ ਕਿ ਇਹ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਹੈ, ਇਹ ਉਹ ਭੀੜ ਭਾੜ ਵਾਲਾ ਇਲਾਕਾ ਹੈ। ਇਸ ਟਾਈਮ ਜਿਹੜੀਆਂ ਟ੍ਰੇਨਾਂ ਆਉਂਦੀਆਂ ਅਤੇ ਇੱਥੇ ਚਹਿਲ ਪਹਿਲ ਹੁੰਦੀ ਹੈ ਅਤੇ ਇੱਥੋਂ ਕ੍ਰੋਸ ਕਰਨ ਵਾਸਤੇ ਘੱਟੋ ਘੱਟ 10 ਤੋਂ 15 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਲੇਕਿਨ ਹੁਣ ਤੁਸੀਂ ਦੇਖ ਰਹੇ ਹੋ ਕਿ ਇਹ ਸੜਕ ਬਿਲਕੁਲ ਇੱਕਦਮ ਖਾਲੀ ਹੈ। ਲੋਕ ਜਿਹੜੇ ਸਵੇਰ ਤੋਂ ਲੋਕਡਾਊਨ ਦੌਰਾਨ ਜਿਹੜੇ ਕੰਮਾਂ ਕਾਰਾਂ 'ਤੇ ਗਏ ਸੀ, ਉਹ ਜਿੱਦਾਂ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਹੁਣ ਜਿਹੜਾ ਅਗਲੇ ਹੁਕਮਾਂ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਅਤੇ ਉਹ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਆ। ਉੱਧਰ ਪੁਲਿਸ ਵੱਲੋਂ ਵੀ ਨਾਕਾਬੰਦੀ ਕਰਕੇ ਵਾਪਸ ਜਾਣ ਵਾਲੇ ਲੋਕਾਂ ਦੀ ਪਹਿਲੇ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਰਹੇ ਆ ਅਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਵਾਪਸ ਜਾਣ ਦਿੱਤਾ ਜਾ ਰਿਹਾ। ਅਤੇ ਅਸੀਂ ਵੀ ਆਪਣੇ ਚੈਨਲ ਰਾਹੀਂ ਤੁਹਾਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਕੋਰੋਨਾ ਵਾਇਰਸ ਹੈ, ਜਿਸ ਨੂੰ ਖਤਮ ਕਰਨ ਲਈ ਜਿਹੜਾ ਕਰਫਿਊ ਦਾ ਐਲਾਨ ਕੀਤਾ ਗਿਆ, ਇਸ ਕਰਫਿਊ ਦਾ ਪੂਰਨ ਤੌਰ 'ਤੇ ਸਮਰਥਨ ਦੇਣ ਅਤੇ ਜਿਹੜਾ ਕਿ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ ਅਤੇ ਆਪਣੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਅਤੇ ਆਪਣੇ ਘਰਾਂ 'ਚ ਰਹਿਣ। ਹਾਲਾਂਕਿ ਜਦੋਂ ਲੋਕਾਂ ਨਾਲ ਇਸ ਸੰਬੰਧੀ ਅਸੀਂ ਗੱਲਬਾਤ ਵੀ ਕੀਤੀ ਪਰ ਲੋਕਾਂ ਦਾ ਜਿਹੜਾ ਕਹਿਣਾ ਸੀ ਕਿ ਕਰਫਿਊ ਦੌਰਾਨ ਲੋਕ ਘਰਾਂ ਵਿੱਚ ਤਾਂ ਰਹਿ ਲੈਣਗੇ, ਲੇਕਿਨ ਜਿਹੜਾ ਉਹਨਾਂ ਨੂੰ ਭੁੱਖਮਰੀ ਦੀ ਜਿਹੜੀ ਮੁਸ਼ਕਲ ਆ ਰਹੀ ਆ, ਜਿਹੜੇ ਹੈਂਡ ਟੂ ਮਾਊਥ ਹੈ ਰੋਜ਼ ਕਮਾ ਕੇ ਖਾਣ ਵਾਲੇ, ਉਹਨਾਂ ਲੋਕਾਂ ਦਾ ਕਹਿਣਾ ਕਿ ਸਰਕਾਰ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਮਦਦ ਕਰੇ। ਕਈਆਂ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਜਿਹੜਾ ਮੋਦੀ ਸਰਕਾਰ ਵੱਲੋਂ 3000 ਕਰੋੜ ਦੀ ਜਿਹੜੀ ਮੂਰਤੀ ਹੈ ਉਹ ਬਣਾ ਦਿੱਤੀ ਗਈ, ਜਿੱਥੇ ਕਿ ਸਿਰਫ ਪੰਛੀਆਂ ਅਤੇ ਵਿੱਠਾਂ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਲੇਕਿਨ ਉਹੀ ਅਗਰ 3000 ਕਰੋੜ ਗਰੀਬ ਜਨਤਾ ਦੇ, ਗਰੀਬ ਲੋਕਾਂ ਦੇ
ਖਾਤਿਆਂ ਵਿੱਚ ਪਾਇਆ ਜਾਂਦਾ ਤਾਂ ਲੋਕ ਸ਼ਾਇਦ ਇਸ ਕਰੋਨਾ ਵਾਇਰਸ ਨੂੰ ਲੜਨ ਲਈ ਆਪਣੇ ਘਰਾਂ ਵਿੱਚ ਰਹਿ ਕੇ ਮਹਿਫੂਜ਼ ਹੁੰਦੇ ਅਤੇ ਕਰੋਨਾ ਵਾਇਰਸ ਨੂੰ ਖਤਮ ਕਰ ਦਿੰਦੇ। ਲੇਕਿਨ ਫਿਰ ਵੀ ਲੋਕਾਂ ਨੇ ਜਿਹੜੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਪ੍ਰਕੋਸ਼ਨ ਵਾਸਤੇ ਮਾਸਕ ਹੈ ਜਾਂ ਸੈਨਾਟਾਈਜ਼ਰ ਹੈ ਉਹ ਫ੍ਰੀ ਵੰਡੇ ਜਾਣ, ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਮੈਡੀਕਲ ਸਟੋਰਸ ਜਿਹੜੇ ਉਹਨਾਂ ਦੇ ਉੱਤੇ ਜਿਹੜੀਆਂ ਸੈਨੇਟਾਈਜ਼ਰ ਜਾਂ ਮਾਸਕ ਹੈ ਉਹ ਬਲੈਕ 'ਚ ਮਿਲ ਰਿਹਾ। ਜਿਹੜਾ ਮਾਸਕ 3 ਤੋਂ 10 ਰੁਪਏ ਤੱਕ ਦਾ ਮਿਲਣਾ ਚਾਹੀਦਾ ਉਹ 100 ਤੋਂ 500 ਰੁਪਏ ਤੱਕ ਦਾ ਮਾਸਕ ਵੀ ਜਿਹੜਾ ਮਿਲ ਰਿਹਾ ਅਤੇ ਸੈਨੇਟਾਈਜ਼ਰ ਵੀ ਬਹੁਤ ਜ਼ਿਆਦਾ ਮਹਿੰਗੇ ਮਿਲ ਰਿਹਾ, ਜਿਸ ਕਰਕੇ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਘਰਾਂ ਵਿੱਚ ਤਾਂ ਰਹਿ ਲੈਣਗੇ ਲੇਕਿਨ ਜਿਹੜੀਆਂ ਸਬਜ਼ੀਆਂ ਦੀ ਮਹਿੰਗਾਈ ਹੈ ਜਾਂ ਸੈਨੇਟਾਈਜ਼ਰ ਜਾਂ ਮਾਸਕ ਦੀ ਜਿਹੜੀ ਮਹਿੰਗਾਈ ਹੈ ਉਸ ਮਹਿੰਗਾਈ ਨੂੰ ਕੰਟਰੋਲ ਕੀਤਾ ਜਾ ਸਕੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਰੋਕ ਕੇ ਗੱਡੀਆਂ ਨੂੰ ਅਤੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਾਣ ਦਿੱਤਾ ਜਾਣ ਡਿਆ ਅਤੇ ਜੇਕਰ ਕਿਸੇ ਨੂੰ ਨਹੀਂ ਪਤਾ ਅਤੇ ਉਹਨੂੰ ਦੱਸਿਆ ਜਾ ਰਿਹਾ ਕਿ ਲੋਕਡਾਊਨ ਨੂੰ ਖਤਮ ਕਰਕੇ ਜਿਹੜਾ ਉਹ ਕਰਫਿਊ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ ਜੋ ਕਿ ਅਗਲੇ ਹੁਕਮਾਂ ਤੱਕ ਇੱਦਾਂ ਹੀ ਰਹੇਗਾ ਅਤੇ ਪੰਜਾਬ ਪੁਲਿਸ ਵੱਲੋਂ ਪੂਰੇ ਸ਼ਹਿਰਾਂ ਨੂੰ ਸੀਲ ਕਰਵਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਵਿੱਚ ਰਹਿਣ। ਐਕਚੁਲੀ ਪਹਿਲਾਂ ਜਿਹੜੀਆਂ ਪੰਜਾਬ ਸਰਕਾਰ ਨੇ ਰਿਲੈਕਸੇਸ਼ਨ ਦਿੱਤੀਆਂ ਸੀ ਉਹ ਹੁਣ ਨਵੇਂ ਹੁਕਮ ਆਏ ਨੇ ਉਹ ਰਿਲੈਕਸੇਸ਼ਨ ਜਿਹੜੀਆਂ ਨੇ ਉਹ ਉਹਨਾਂ ਨੇ ਬੰਦ ਕਰ ਦਿੱਤੀਆਂ ਹੈ, ਇਸ ਕਰਕੇ ਹੁਣ ਇਹ ਟੋਟਲੀ ਕਰਫਿਊ ਲੱਗੂਗਾ ਅਗਲੇ ਸਮੇਂ ਤੱਕ ਸਰਕਾਰ ਦੇ ਅਗਲੇ ਹੁਕਮਾਂ ਤੱਕ। ਹੈਲਥ ਡਿਪਾਰਟਮੈਂਟ ਜਿਹੜੇ ਆਪਣੇ ਉਹਨਾਂ ਕੋਲ ਲਿਸਟ ਆਈਆਂ ਨੇ ਪੈਸੰਜਰਸ ਵਗੈਰਾ ਦੀਆਂ ਉਹਨਾਂ ਦੇ ਉਹ ਘਰਾਂ ਦੇ ਵਿੱਚ ਵਿਜ਼ਿਟ ਕਰਕੇ ਉਹ ਸਟਿੱਕਰ ਲਗਾ ਰਹੇ ਨੇ ਰੈੱਡ ਕਰੋਸ ਵੱਲੋਂ ਵੀ ਉਹ ਬੰਦਾ ਜਿਹੜਾ ਹੋਮ ਕੁਆਰੰਟਾਈਨ ਰਹੇ ਅਗਲੇ 14-15 ਦਿਨਾਂ ਵਾਸਤੇ। ਜ਼ਿਕਰਯੋਗ ਹੈ ਕਿ ਇਹ ਜੋ ਤਸਵੀਰਾਂ ਤੁਸੀਂ ਦੇਖੀਆਂ ਨੇ ਇਹ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸਾਡੇ ਪੱਤਰਕਾਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤੁਹਾਡੇ ਤੱਕ ਪਹੁੰਚਾਈਆਂ ਨੇ। ਅੰਮ੍ਰਿਤਸਰ ਤੋਂ ਹਨੀ ਮਹਿਰਾ, ਜੈਂਤੀਪੁਰ ਤੋਂ ਗੁਰਜਿੰਦਰ ਸੱਗੂ, ਤਰਨ ਤਾਰਨ ਤੋਂ ਰੋਹਿਤ ਕੁਮਾਰ ਗੱਬਰ, ਨਾਭਾ ਤੋਂ ਸੁਖਚੈਨ ਸਿੰਘ, ਹੁਸ਼ਿਆਰਪੁਰ ਤੋਂ ਜਸਪ੍ਰੀਤ ਸਿੰਘ, ਗੁਰਦਾਸਪੁਰ ਤੋਂ ਜਸਵਿੰਦਰ ਬੇਦੀ, ਫਰੀਦਕੋਟ ਤੋਂ ਜਗਤਾਰ ਦੋਸਾਂਝ ਅਤੇ ਜਲੰਧਰ ਤੋਂ ਵਰਿੰਦਰ ਰਾਜਪੂਤ। ਜੀਵੇ ਪੰਜਾਬ ਟੀਵੀ।